ਇਥੋਂ ਗੱਡੀ ਤੋੜ ਦੇਣੀ ਆਪਾਂ ਅੰਮ੍ਰਿਤਸਰ ਵੱਲ ਨੂੰ, ਉੱਥੇ ਏਅਰਪੋਰਟ ਤੇ ਚੜਾਵਾਂਗੇ ਉਹਨੂੰ ਬੈਠੇ ਅਮਰੀਕਾ ਸੱਤ ਬੈਣ ਤੋਂ। ਅੱਜ ਆਪਣੀ ਜ਼ਿੰਦਗੀ 'ਚ ਇੱਕ ਹੋਰ ਵਗਾਰ ਨਿਕਲ ਲੱਗਿਆ, ਵਗਾਰਾਂ ਦੀ ਵੱਡੀ ਵਗਾਰ। ਗਾਇਸ ਪਹਿਲਾਂ ਸਾਡਾ ਪਲਾਨ ਸੀਗਾ ਵੀ ਚਾਹ ਪੀਣ ਰੁਕੀਏ, ਫਿਰ ਸਾਨੂੰ ਇੱਥੇ ਲੰਗਰ ਦੇਖ ਗਿਆ। ਹਾਏ ਫ੍ਰੀ ਦੇ ਲੰਗਰ ਖਾਣ ਵਾਲੇ ਯਾਰ ਇਹਦਾ ਗੱਲ ਫਾਈਨਲੀ ਗਾਈਜ਼ ਅੰਮ੍ਰਿਤਸਰ ਐਂਟਰ ਕਰ ਚੁੱਕੇ ਹੋਏ ਆ। ਹੋਣੀ ਹੈ ਜੀ, ਠੀਕ ਹੈ। ਗਾਈਜ਼ ਕਹਿੰਦਾ ਅੰਗਰੇਜ਼ਾਂ ਦਾ ਮੱਲਾ ਆਇਆ ਟੂਰ ਕੱਢਣ। ਪੁਲਿਸ ਵਾਲਿਆਂ ਨੇ ਫੜ ਲਿਆ ਗਾਈਜ਼, ਕੰਮ ਸ਼ਿਫਟ ਹੋ ਗਿਆ, ਹੁਣ ਮੌਕੇ ਦਾ ਚਲਾਨ ਕਰਾਉਣਾ ਪੈਣਾ। ਜੀ ਗਾਈਸ, ਤੇ ਗੁੱਡ ਮਾਰਨਿੰਗ ਹੋ ਚੁੱਕੀ ਹੋਈ ਆ, ਤੇ ਟਾਈਮ ਸੁਬਹਾ ਦੇ 5 ਵੱਜ ਚੁੱਕੇ ਹੋਏ ਨੇ, ਤੇ ਵੈਲਕਮ ਬੈਕ ਟੂ ਦੀ ਚੈਨਲ ਗਾਈਸ। ਕਿੱਦਾਂ ਹੋ ਸਾਰੇ, ਹੋਪ ਕਰਦਾ ਕਿ ਸਾਰੇ ਜਣੇ ਠੀਕ ਹੋਣਗੇ, ਤੇ ਮੈਂ ਵੀ ਬਿਲਕੁਲ ਠੀਕ ਹਾਂ, ਤੇ ਨਾਲ ਆਪਣੇ ਲੱਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ, ਤੇ ਬਾਬਾ ਜੀ ਦਾ ਨਾਂ ਲੈ ਕੇ ਆਪਾਂ ਸੁਬਹਾ ਸੁਬਹਾ ਉੱਠ ਗਏ ਹੋਏ ਹਾਂ, ਤੇ ਹੁਣ ਆਪਾਂ ਚੱਲੇ ਹਾਂ ਉੱਧਰ ਅੰਮ੍ਰਿਤਸਰ ਵੱਲ ਨੂੰ, ਤੇ ਰਾਵਲ ਅਤੇ ਲੱਡੂ ਨੂੰ ਚੱਕਣਾ ਆ, ਅਤੇ ਉਹਦੇ ਘਰ ਦੇ ਵੀ ਜਾਣਗੇ, ਉਹ ਦੂਸਰੀ ਕਾਰ 'ਤੇ ਜਾਣਗੇ। ਇਸ ਕਾਰ 'ਚ ਮੈਂ, ਲੱਕੀ, ਲੱਡੂ ਅਤੇ ਰਾਵਲ ਜਾਵਾਂਗੇ, ਅਜੇ ਨਾਲ ਨਹੀਂ ਜਾ ਰਿਹਾ ਯਾਰ। ਅਤੇ ਜੇ ਤੁਸੀਂ ਲਾਸਟ ਵਲੌਗ ਦੇਖਿਆ ਹੋਵੇ ਤਾਂ ਆਪਾਂ ਕੇਕ ਲਿਆਂਦਾ ਸੀ ਰਾਤੀ, ਅਤੇ ਉਹ ਕਟਵਾਉਂਦੇ ਹਾਂ ਹੁਣ, ਅਤੇ ਫਿਰ ਕਟਵਾ ਕੇ ਬਾਬਾ ਜੀ ਦਾ ਨਾਂ ਲੈ ਕੇ, ਅਤੇ ਇੱਥੋਂ ਗੱਡੀ ਤੋੜ ਦੇਣੀ ਆਪਾਂ ਅੰਮ੍ਰਿਤਸਰ ਵੱਲ ਨੂੰ, ਉੱਥੇ ਏਅਰਪੋਰਟ 'ਤੇ ਚੜਾਵਾਂਗੇ ਉਹਨੂੰ, ਫਿਰ ਗੋਲਡਨ ਟੈਂਪਲ ਮੱਥਾ ਟੇਕਾਂਗੇ, ਅਤੇ ਅੱਗੇ ਦੇਖਦੇ ਹਾਂ ਵਲੌਗ 'ਚ ਕੀ ਬਣਦਾ। ਜੁੜੇ ਰਹੋ ਵਲੌਗ ਨਾਲ, ਅਤੇ ਚੱਲਿਆ, ਅਤੇ ਡਰਾਈਵਿੰਗ ਮੈਂ ਹੀ ਕਰਨੀ ਆ, ਅੰਮ੍ਰਿਤਸਰ ਬਠਿੰਡੇ ਤੋਂ ਅੰਮ੍ਰਿਤਸਰ, ਅਤੇ ਪਹਿਲਾਂ ਵੀ 2-3 ਵਾਰੀ ਗਿਆ ਹੋਇਆ, ਅਤੇ ਯਾਦ ਆ ਗਿਆ ਗੱਡੀ ਦੇ ਕਾਗਜ਼ ਚੱਕਣੇ ਸੀ, ਉਹ ਵੀ ਚੱਕ ਲਿਆ ਮੈਂ, ਚੱਕ ਲਿਆ ਮੈਂ, ਵਲੌਗ ਨੇ ਆਹ ਵੀ ਗੱਲ ਯਾਦ ਕਰਵਾ ਦਿੱਤੀ, ਅਤੇ ਮਿਲਦੇ ਹਾਂ ਆਪਾਂ ਆਉਂਦੇ ਘਰ ਦੇ ਬਾਹਰ ਜਾ ਕੇ, ਮੈਂ ਕਾਗਜ਼ ਲਿਆਵਾਂ ਉਹਨਾਂ ਚਿਰ। ਤੜਕੇ 4:30 ਦੇ ਉੱਠੇ ਮੈਂ, 4 ਵਜੇ ਦੇ ਬੈਠੇ ਅਮਰੀਕਾ ਸੱਤ ਬੈਣ ਤੋਂ। ਅੱਜ ਆਪਣੀ ਜ਼ਿੰਦਗੀ 'ਚ ਇੱਕ ਹੋਰ ਵਿਗਾਰ ਨਿਕਲ ਲੱਗਿਆ, ਵਿਗਾਰਾਂ ਦੀ ਵੱਡੀ ਵਿਗਾਰ। 2 ਸਾਲ ਤੇ ਕਰਨਾ ਬੰਦੇ ਬਾਹਰ ਰੱਖਿਆ, ਇਹੀ ਲੈ ਲੈਣਾ ਬੰਦੇ ਬਾਹਰ ਰੱਖੇ। ਬਸ ਏਡੀ ਆਖਲਾ ਪਰ ਰਸਤੇ ਜਾਂਦੇ ਕਾ। ਇਧਰਲੀ ਸਾਈਡ ਤੇ ਧੁੰਦ ਚੈੱਕ ਕਰ ਸਕਦੇ ਹੋ ਕਿੰਨੀ ਆ, ਤੇ ਰਸਤਾ ਵੀ ਬੜਾ ਔਖਾ ਆ ਹਨੇਰੇ ਹਨੇਰੇ ਚ, ਕਿਉਂਕਿ ਧੁੰਦ ਡਿੱਗ ਰਹੀ ਆ, ਤੇ ਇੱਕ ਫੋਰਚੂਨਰ ਆਪਣੀ ਅੱਗੇ ਜਾ ਰਹੀ ਹੈ ਵੈਗਨਾਰ। ਜੀ ਵੈਗਨਾਰ ਤੇ ਵੀਰੇ ਉਹ ਕਿਹੜੀ ਮਾਰਦਾ ਗਾਇਸ। ਪਹਿਲਾਂ ਸਾਡਾ ਪਲਾਨ ਸੀਗਾ ਵੀ ਚਾਹ ਪੀਣ ਰੁਕੀਏ, ਫਿਰ ਸਾਨੂੰ ਇੱਥੇ ਲੰਗਰ ਦੇਖ ਗਿਆ। ਮੈਂ ਕਿਹਾ ਸੋਚਿਆ ਕਾਹਨੂੰ ਉੱਥੇ ਜਾਣਾ, ਇੱਥੇ ਪੀ ਲੈਂਦੇ ਹਾਂ। ਆਏ ਓਏ ਵਾਹਿਗੁਰੂ, ਚਲੀਏ ਦੇਖਦੇ ਹਾਂ ਲੰਗਰ 'ਚ ਕੀ ਕੁਛ। ਫ੍ਰੀ ਦੇ ਲੰਗਰ ਖਾਣ ਵਾਲੇ
ਫਾਈਨਲੀ ਗਾਇਸ ਅੰਮ੍ਰਿਤਸਰ ਐਂਟਰ ਕਰ ਚੁੱਕੇ ਹੋਏ ਆ ਤੇ ਵਲੌਗ ਵੀ ਨਹੀਂ ਬਣਾਇਆ ਟਾਈਮ ਹੀ ਨਹੀਂ ਮਿਲਿਆ ਬਣਾਉਣ ਦਾ ਕਿਉਂਕਿ ਕਾਲੀ ਸੀਗੀ ਰਸਤੇ ਜਾਣਾ ਵੀ ਸੀਗਾ ਤੇ ਹੁਣ ਬਸ ਜਾਂਦੇ ਹਾਂ ਏਅਰਪੋਰਟ ਤੇ ਇਹਨੂੰ ਛੱਡਦੇ ਹਾਂ ਫਿਰ ਆਪਾਂ ਨੂੰ ਸ਼ਹਿਰ 'ਚ ਐਂਟਰ ਤਾਂ ਹੋਣਾ ਹੀ ਪੈਣਾ ਕਿਉਂਕਿ ਉਸ ਤੋਂ ਬਾਅਦ ਇੱਕ ਕੰਮ ਵੀ ਅੰਮ੍ਰਿਤਸਰ 'ਚ ਉਹ ਵੀ ਕਰਕੇ ਆਉਣਾ ਫਿਰ ਆਪਾਂ ਪੈਸਾ ਬਹੁਤ ਮਜ਼ਾਕ ਲਾਇਆ ਪੈਸਾ ਐਡਾ ਚੱਲਦੇ ਚੱਲਦੇ ਫੋਰਚੂਨਰ ਖਰੀਦ ਲਈਏ ਦੱਸ ਲੈਣੀ ਹੈ ਨਹੀਂ ਜੀ ਚੱਲ ਗੱਲ ਕਰ ਕਹਿੰਦੇ ਕਿੱਥੇ ਆ ਗਏ ਉੱਥੇ ਆ ਗਏ ਜਿੱਥੋਂ ਗੱਡੀ ਦਾ ਹੋਰ ਵੀ ਸੀਗੀ ਸਾਨੂੰ ਐ ਸੀਗਾ ਚਲ ਹਨਾ ਨੇੜੇ ਆਪਾਂ ਨੇੜੇ ਜਾਣਾ ਨਹੀਂ ਤਾਂ ਚੱਕਣ BMW ਚੱਕਣ ਲੱਗੇ ਪਹਿਲਾਂ ਆ ਗਾਈਸ ਕੋਈ ਟਿਕਟ ਟੁਕਟ ਦਿੱਤੀ ਇਹਨਾਂ ਨੇ ਅੰਦਰ ਆਉਣ ਦੀ ਗੱਡੀ ਐਂਟਰ ਹੋਈ ਆ ਤੇ ਉਹ ਬਸ ਗੱਡੀ ਪਾਰਕਿੰਗ ਚਲਾਣੀ ਆਪਣੀ ਆ ਆ ਕੇ ਆਈਏ ਪਾਰਕਿੰਗ ਜਾਨੀ ਫਿਰ ਦਿਖਾਉਂਦੇ ਤੁਹਾਨੂੰ ਏਅਰਪੋਰਟ ਅੰਦਰ ਦਾ ਅੰਮ੍ਰਿਤਸਰ ਠੀਕ ਹੈ ਲੱਕੀ ਏਅਰਪੋਰਟ ਘੈਂਟ ਆ ਯਾਰ ਅੰਮ੍ਰਿਤਸਰ ਦਾ ਵੀ ਹੈਲੋ ਚਲੋ ਆਇਓ ਅੰਕਲ ਜੀ ਸਾਡੀ ਚਲਾਈ ਰਾਹੁਲ ਲੱਕੀ ਚੰਗਾ ਮਿਲਦੇ ਹਾਂ ਠੀਕ ਹੈ 2026 ਨੂੰ ਓਏ ਸਪੈਸ਼ਲ ਚੱਕ ਚੱਲ ਠੀਕ ਹੈ ਵੀ ਫੋਨ ਕਰ ਲਈ ਕੋਈ ਵੀਡੀਓ ਕਾਲ ਹੋਣੀ ਹੈ ਜੀ ਠੀਕ ਹੈ ਲੋ ਵੀ ਗਿਆ ਹੈ ਤਾਂ ਪਾਸਪੋਰਟ ਕੱਢ ਲੈ ਆਪਣਾ ਪਾਸਪੋਰਟ ਕੱਢ ਲੈ ਟਿਕਟ ਕੱਢ ਲੈ ਤੇ ਇੱਕ ਵੀਜ਼ੇ ਵਾਲਾ ਪ੍ਰਿੰਟ ਸਾਰਾ ਕੁਝ ਕੱਢ ਲੈ ਹਾਂਜੀ ਇਹਦੇ ਚ ਇਹ ਤੇਰੇ ਨਾਲ ਜਾਂ ਕੋਈ ਹਾਂਜੀ ਇਹ ਕੋਈ ਉਹ ਨਹੀਂ ਗਾਇਸ ਕਿਵੇਂ ਅੰਗਰੇਜ਼ਾਂ ਦਾ ਮੱਲਾ ਆਇਆ ਟੂਰ ਕੱਢਣ ਡਪੋਸ ਬਾਹਰ ਨਿਕਲੋ ਇੱਥੋਂ ਇੱਧਰੋਂ ਦਿਖ ਜੂਗਾ ਦੇਖ ਲਾ ਵੇ ਦੇਖ ਲੈ ਲੱਕੀ ਕਾਫੀ ਵੱਡਾ ਹੁੰਦਾ ਨਾ ਜਹਾਜ਼ ਯਾਰ ਐਕਚੁਅਲ ਓਏ ਓਏ ਉਹ ਪੁਰਸ਼ ਵੀ ਅੰਦਰ ਹੀ ਹੈ ਤੇ ਗਾਈਸ ਆ ਚੁੱਕੇ ਹੋਏ ਆ ਛੱਡ ਕੇ ਤੇ ਕਾਰ 'ਚ ਆ ਗਏ ਹੋਏ ਆ ਤੇ ਬਸ ਹੈਵ ਅ ਸੇਫ ਜਰਨੀ ਰਵੇ ਹੁੰਦੀ ਤੇ ਵਧੀਆ ਵਧੀਆ ਫਿਊਚਰ ਬਣਿਆ ਹੁੰਦਾ ਤੇ ਚੱਲਦੇ ਹਾਂ ਹੁਣ ਆਪਾਂ ਵੀ ਆਪਣਾ ਫਿਊਚਰ ਬਣਾਉਣ ਹੁਣ ਪਹਿਲਾਂ ਇੱਕ ਜਾਣਾ ਕੰਮ ਰਾਣੀ ਕੇ ਬਾਗ ਕੰਮ ਜਾਣਾ ਉੱਥੇ ਗੇੜੀ ਛੇੜੀ ਲਾਵਾਂਗੇ ਥੋੜ੍ਹੀ ਬਹੁਤੀ ਗੇੜੀ ਨਹੀਂ ਯਾਰ ਕੰਮ ਜਾਣਾ ਉੱਥੇ ਅਤੇ ਉਸ ਤੋਂ ਬਾਅਦ ਜਾਵਾਂਗੇ ਗੋਲਡਨ ਟੈਂਪਲ ਮੱਥਾ ਟੇਕਾਂਗੇ ਅਤੇ ਫਿਰ ਆਪਾਂ ਘਰ ਨੂੰ ਚੱਲ ਜਾਵਾਂਗੇ ਅਤੇ ਜੁੜੇ ਰਹੀਏ ਵਲੌਗ ਨਾਲ ਅੱਗੇ ਅੱਗੇ ਦੁਕਾਨੇ ਆ ਬਸ ਉਨੀ ਦੇਰ ਨੂੰ ਉਹ ਪਹੁੰਚ ਜੂਗਾ ਉਹਨੇ ਤਾਂ ਪਹੁੰਚਣਾ ਅਜੇ ਰਾਤੀ 2:30 ਵਜੇ ਪਹੁੰਚਣਾ ਉਹਨੇ ਏਸੀ ਚਲਾ ਚਲਾ ਤਾਂ ਬਈ 5:00 ਪਹੁੰਚੂਗਾ ਉਦੋਂ ਬਾਈ ਹਾਂ ਨਹੀਂ ਨਹੀਂ 2:30 ਵਜੇ ਪਹੁੰਚੂਗਾ ਬਾਹਰ ਆਉਣ ਦੀ ਐਂਟਰੀ 4:00 ਹੋਊਗੀ ਅਤੇ ਹੁਣ ਆਪਾਂ ਵੀ ਚੱਲਦੇ ਹਾਂ ਚਲੋ ਪਾਰਕਿੰਗ 'ਚੋਂ ਕੱਢੀਏ ਗੱਡੀ ਬੱਬਨ ਚਲੋ ਜੀ ਮਿਲਦੇ ਹਾਂ ਤੁਹਾਨੂੰ ਪਸ਼ੂ ਫੋਟੋ ਭੇਜੀ ਆ ਪਸ਼ੂ ਪਾਲਣ ਫੋਟੋ ਭੇਜੀ ਆ ਓਏ ਗਈ ਜਿਹੜਾ ਕੰਮ ਕਰਨਾ ਸੀ ਉਹ ਤਾਂ ਸਾਡਾ ਹੋ ਗਿਆ ਤੇ ਹੁਣ ਆਪਾਂ ਚੱਲੇ ਆ ਗੋਲਡਨ ਟੈਂਪਲ ਤਾਂ ਜਾਣੀ ਆਣਾ ਤਾਂ ਕਰਕੇ ਆਪਾਂ ਸ਼ਹੀਦਾਂ ਸਾਹਿਬ ਚੱਲੇ ਆ ਤੇ ਸ਼ਹੀਦਾਂ ਸਾਹਿਬ ਜਾਈਏ ਤੇ ਕੀ ਕਹਿੰਦੇ ਉਹਦਾ ਨਾਮ ਰਾਹੁਲ ਸਾਡਾ ਜਹਾਜ਼ 'ਚ ਬਹਿ ਗਿਆ ਉਹਨੂੰ ਵੀਡੀਓ ਕਾਲ ਕਰ ਰਹੇ ਹਾਂ ਤੇ ਦਿਖਾਉਂਦੇ ਹਾਂ ਤੁਹਾਨੂੰ ਮੰਗੂ ਬੋਏ ਚਾਚਾ ਵਾਲਾ ਹੋ ਗਿਆ ਚੱਲ ਬੁੱਕ ਹੈ ਓਏ ਬਾਰੀ ਦਿਖਾਈ ਬਾਰੀ 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 ਦਿਖਾ ਰੇ ਹਾਂ ਹੋਰ ਹੀ ਕੋਈ ਦਿਖਾਈ ਬਾਰੀ ਵਾਲੀ ਸੀਟ ਨਹੀਂ ਹੈਗੀ
चलान कराना पैना जिन्ना बंदा सोचता पैसे बचा लिए ओने ही पैसे डुब जाते चलान कटिया गया जिवें व्लॉग की क्लिप देखी होगी कि मैं क्या चलान कटिया गया फिर यार व्लॉग बनाया नहीं तो थोड़ा बहुत हो गया हीगा बस इदा ही आप थोड़ा बहुत गाने गुने सुन के छेती छेती घरे आ गए मैं क्या जाइए घरे यार की करांगे यार थोड़ा जहा मूड ऑफ हो गया सीगा चलान कटा गया बट कोई नहीं छोटे मोटिया गल्लां होंदियां रहिंदियां ने ते हुण आपां चलिया गुरद्वारा साहिब वल नूं ते आ के अद्धा घंटा सुते हैं यार ते फिर मैं सोचा यार सो के की करना आराम आराम है ना ते फिर आपां गुरद्वारा साहिब चलिया हुण ते गुरद्वारा साहिब मत्था टेक के आने ते उस तों बाद तुहाडे नाल गल्लां बातां करदे हां आ के दी किवें उन्हें किन्ने बजे पहुँचना फ्लाइट से किन्ने बजे फ्लाइट आँगी हजे तो वैसे उनका स्टे है तुम आके दसदा यार मैं गुरुद्वारा साहब जाया वा तो मैं लेट हो गया यार अगे जाने भी तो मिलते हैं फिर आके कोई गल नहीं करते हैं गल्ला बात थोड़े ना शीशा मैं घैंट लगता यार लोग घैंट पाँगा शीशा तो पक्ष उत्ते लाइट का वर्त मैं एक है ना तो चलो मिलते हैं गुरुद्वारे तो आके सतनाम वाहेगुरु सतनाम वाहेगुरु सतनाम वाहेगुरु सतनाम वाहेगुरु। हाँ जी गुरुद्वारा साहब तो मत्था भी टेक चुके हैं आ गए हैं थक गए यार पौड़ियाँ चढ़ के आना उपर तो आप लोगों इतनी लास्ट कर देंगे तो तुम सोचोगे तुम क्या भी गल करूँगा तो गल गाइस इदा सी कि यार अमृतसर आप गए जिमें कि व्लॉग से देख ही लिया तो आप आन लगे अपना चलान कट्टिया गया है करके आपू छेती आना पै गया नहीं तो घूम फिर के आना सी अमृतसर बट आप फिर जल्दी आ गए यार मूड नहीं घूमन का ता करके ते राहुल की फ्लाइट हैगी है यार स्टे सी उनका लखनऊ दे विच ते हुण सुबह सुबह नहीं रात 11:30 में फ्लाइट आन दी उत्थों तो आबू धाबी की तो उत्थों तो 2:30 पहुँचूगा मीनस कि दुबई इतों 4 घंटे पिछे आ तो इतने मेरे ख्याल सुबह के 6 बजे हो गए तो वह उत्थे पहुँचूगा तो बार बार आते आते उन्हों 4 बजने उत्थों के इतों के 8 बजने समथिंग यहोजा कुछ होगा तो बाकी जो भी होगा कॉल करके दस ही दूगा वो तो यार जहाज चढ़ना हूँ मैं भी मेरा बहुत मन किया यार जहाज बैठन का मैं जहाज देख के बहुत कुछ हो गया कोई नहीं बैठा क्योंकि बठिंडे तो एक दिल्ली की फ्लाइट जाती है शायद उस जाइए अगले ब्लॉग से तुम दिख जाए वो भी शायद कोई पक्का पता नहीं तो आप लोगों ने इतनी लाश कर जाए इन्ना ज़्यादा थक चुके हैं आना ब्लॉग भी एडिट करना है तो सौंगा भी तो कल कॉलेज भी जाना बथेरे दिन हो गए कॉलेज भी नहीं गया मैं समझ नहीं आ रही भी इतने देख के गल करा कि उत्थे देख के गल करा तो हाँ थोड़ा थोड़ा हिसाब होगा क्योंकि शीशे तो कभी ब्लॉगिंग ज़्यादा की नहीं ना ता करके तो आप ब्लॉग जो इंजॉय किया ब्लॉगिंग को लाइक मैं शेयर चैनल को सबसक्राइब मिलते हैं अगले ब्लॉग से टिल दैन बाय बाय टेक केयर।